ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਆ ਐਨਆਈ ਨੂੰ ਸ਼ੱਕ ਹੈ ਕਿ ਜਿਨ੍ਹਾਂ ਛਾਪੇ ਮਾਰੇ ਗਏ ਨੇ ਉਹਨਾਂ ਦਾ ਲੋਕਾਂ ਦਾ ਜਿਹੜਾ ਸਿੱਧੇ ਜਾਂ ਸਿੱਧੇ ਤੌਰ ਤੇ ਜਿਹੜਾ ਸਬੰਧ ਆ ਉਹ ਖਾਲਿਸਤਾਨ ਟਾਈਗਰ ਫੋਰਸ ਨਾਲ ਜੁੜੇ ਹੋਏ ਲੋਕਾਂ ਦੇ ਨਾਲ ਨੇ ਇਹ ਵੀ ਪਤਾ ਲੱਗਾਗਾ ਕਿ ਫੰਡਿੰਗ ਤੇ ਹਥਿਆਰ ਤਸਕਰੀ ਦੇ ਮਸਲੇ ਦੇ ਵਿੱਚ ਮਦਦ ਕਰਨ ਨੂੰ ਲੈ ਕੇ ਪੁਸ਼ਗਿਸ਼ ਕੀਤੀ ਗਈ ਆ ਜਿਹੜੀ ਰਾਸ਼ਟਰੀ ਜਾਂਚ ਏਜੰਸੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਉਹਨੇ ਜਿਹੜੇ ਖਾਲਸਤਾਨੀ ਸੰਗਠਨਾਂ ਖਾਲਸਤਾਨ ਟਾਈਗਰ ਫੋਰਸ ਦੀ ਫੰਡਿੰਗ ਕਰਨ ਵਾਲੇ ਲੋਕਾਂ ਨੂੰ ਦੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਘਰ ਨੇ ਉੱਥੇ ਰੇਡ ਮਾਰੀ ਗਈ ਆ ਪੰਜਾਬ ਵਿੱਚ 9 ਥਾਵਾਂ ਤੇ ਤੇ ਹਰਿਆਣਾ ਵਿੱਚ ਇੱਕ ਥਾਂ ਤੇ ਰੇਡ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਖਾਲਸਤਾਨ ਟਾਈਗਰ ਫੋਰਸ ਦੇ ਲਈ ਫੰਡ ਇਕੱਠੇ ਕਰਨ ਨੂੰ ਲੈ ਕੇ ਬਾਰਡਰ ਤੋਂ ਹਥਿਆਰ ਗੋਲਾਬਰੂਦ ਅਤੇ ਐਕਸਪਲੋਸਿਵ ਜਿਹੜੀ ਤਸਕਰੀ ਦੀ ਸਾਜ਼ਿਸ਼ ਜਿਹੜੇ ਲੋਕ ਨੇ ਉਹ ਸਾਜ਼ਿਸ਼ ਦੇ ਵਿੱਚ ਉਹਨਾਂ ਵਿੱਚ ਸ਼ੱਕ ਦੇ ਆਧਾਰ ਤੇ ਜਿਹੜੇ ਸ਼ਾਮਲ ਲੋਕ ਨੇ ਉਹਨਾਂ ਦੇ ਵੀ ਰੇਡ ਹੋਈ ਹੈ ਹਾਲਾਂਕਿ ਇਸ ਮਸਲੇ ਚ ਹਾਲੇ ਤੱਕ ਐਨਆਈ ਨੇ ਕੁਝ ਪੁਖਤਾ ਜਾਣਕਾਰੀ ਨਹੀਂ ਦਿੱਤੀ ਪਰ ਜੋ ਸੂਤਰ ਦੱਸ ਰਹੇ ਨੇ ਉਹ ਇਹ ਹੈ ਕਿ ਖਾਸ ਕਰਕੇ ਜਿਹੜਾ ਮੁਖਸਰ ਇੱਕ ਖਡਾਉਣੇ ਵੇਚਣ ਵਾਲਾ ਜਿਹੜਾ ਕਾਰੋਬਾਰੀ ਆ ਉਹਦੇ ਕਰ ਛਾਪਾ ਮਾਰਿਆ ਗਿਆ ਐਨਆਈ ਦੀ ਟੀਮ ਨੇ ਅਬੋਰ ਰੋਡ ਤੇ ਬਾਈਪਾਸ ਤੇ ਰਹਿਣ ਵਾਲੇ ਇੱਕ ਵਿਅਕਤੀ ਕੋਲ ਕਾਫੀ ਲੰਮੀ ਦੇਰ ਤੱਕ ਪੁੱਛਗਿੱਛ ਕੀਤੀ ਆ ਇਹ ਕਾਰੋਬਾਰੀ ਜਿਹੜਾ ਇਹ ਖਡਾਉਣੇ ਵੇਚਦਾ ਕੰਮ ਕਰਦਾ ਹੈਗਾ ਇਸ ਤੋਂ ਇਲਾਵਾ ਫਰੋਜ਼ਪੁਰ ਵਿੱਚ ਵੀ ਤਲਵੰਡੀ ਭਾਈ ਦੇ ਇਲਾਕੇ ਵਿੱਚ ਵੀ ਇੱਕ ਰੇਡ ਕੀਤੀ ਗਈ ਹੈ ਇੱਥੇ ਇਸ ਇਲਾਕੇ ਦੇ ਵਿੱਚ ਪੰਜ ਪਿੰਡਾਂ ਦੇ ਵਿੱਚ ਕੁਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਉਨ੍ਹਾਂ ਤੇ ਇਲਜ਼ਾਮ ਨੇ ਕਿ ਉਹ ਖਾਲਸਾ ਟਾਈਗਰ ਫੋਰਸ ਨੂੰ ਫੰਡਿੰਗ ਅਤੇ ਹਥਿਆਰ ਤਸਕਰੀ ਦੀ ਸਾਜਿਵ ਵਿੱਚ ਸ਼ਾਮਲ ਨੇ ਇਸ ਕਰਕੇ ਉਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ। ਔਰ ਇਸ ਤੋਂ ਇਲਾਵਾ ਇਹ ਵੀ ਹਰਿਆਣਾ ਦੇ ਵਿੱਚ ਇੱਕ ਕੈਥਲ ਜ਼ਿਲ੍ਹੇ ਦੇ ਵਿੱਚ ਦਵਾਈ ਦਾ ਕਾਰੋਬਾਰੀ ਕਰਨ ਵਾਲੇ ਦੋ ਭਰਾ ਪ੍ਰਦੀਪ ਅਤੇ ਕੁਲਦੀਪ ਦੇ ਘਰ ਸਵੇਰੇ ਐਨਆਈ ਨੇ 6 ਵਜੇ ਰੇਡ ਮਾਰੀ ਹੈ। ਪਿੰਡ ਚੂੜਮਾੜਾ ਦੇ ਕਰੀਬ ਚਾਰ ਘੰਟੇ ਰੇਡ ਚੱਲੀ ਹੈ। ਜਾਣਕਾਰੀ ਜੋ ਹੁਣ ਤੱਕ ਮਿਲੀ ਆ ਉਹਦੇ ਚ ਕਿ ਪ੍ਰਦੀਪ ਅਤੇ ਕੁਲਦੀਪ ਦੇ ਜਿਹੜੇ ਬੈਂਕ ਖਾਤਿਆਂ ਦੇ ਵਿੱਚ ਜਿਹੜੀ ਟ੍ਰਾਂਜੈਕਸ਼ਨ ਹੋਈ ਆ ਉਹ ਕਾਫੀ ਸ਼ੱਕੀ ਦੱਸੀ ਜਾ ਰਹੀ ਹੈ ਔਰ ਇਹਨਾਂ ਤੇ ਵੀ ਇਲਜ਼ਾਮ ਨੇ ਕਿ ਦੋਨੇ ਗੈਰਕਾਨੂੰਨੀ ਰੂਪ ਨਾਲ ਦਵਾਈਆਂ ਦੀ ਸਪਲਾਈ ਕਰਦੇ ਨੇ ਇਸੇ ਦੌਰਾਨ ਪ੍ਰਦੀਪ ਦੇ ਵੱਡੇ ਭਰਾ ਕੁਲਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸ਼ੱਕ ਦੇ ਆਧਾਰ ਤੇ ਹੀ NIA ਨੇ ਉਹਨਾਂ ਦੇ ਘਰ ਵਿੱਚ ਰੇਡ ਕੀਤੀ ਸੀ ਪੁਸ਼ਤ ਪੁਸ਼ਕਿਸ਼ ਵਾਸਤੇ ਆਈ ਸੀ ਤੇ ਟੀਮ ਵਾਪਸ ਚਲੀ ਗਈ ਬਾਅਦ ਚ ਤੇ ਭਰਾ ਪ੍ਰਦੀਪ ਦੇ ਬੈਂਕ ਖਾਤਿਆਂ ਦੀ ਪਾਸਬੁੱਕ ਅਤੇ ਟ੍ਰਾਂਜੈਕਸ਼ਨ ਦੀ ਜਾਂਚ ਕੀਤੀ ਗਈ ਹੈ ਟੀਮ ਨੇ ਕੁਝ ਸਵਾਲ ਵੀ ਕੀਤੇ ਨੇ ਤੇ ਕਈ ਕਾਗਜ਼ਾਂ ਤੇ ਪ੍ਰਦੀਪ ਨੇ ਸਿਗਨੇਚਰ ਵੀ ਕਰਵਾਏ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 4 ਮਹੀਨੇ ਪਹਿਲਾਂ ਹੀ ਜਿਹੜਾ ਕੇਟੀਐਫ ਹੈ ਖਾਲਸਾਣ ਟਾਈਗਰ ਫੋਰਸ ਉਹਨੂੰ ਇੱਕ ਅਤਵਾਦੀ ਸੰਗਠਨ ਕਰਾਰ ਦਿੱਤਾ ਸੀ ਗ੍ਰਹਿ ਮੰਤਰਾਲੇ ਨੇ ਉਦੋਂ ਇਹ ਕਿਹਾ ਸੀ ਕਿ ਜਿਹੜਾ ਖਾਲਸਾਣ ਟਾਈਗਰ ਫੋਰਸ ਹੈ ਇੱਕ ਕਟੜ ਕਿਸਮ ਦਾ ਇੱਕ ਸੰਗਠਨ ਹੈ ਜਿਸ ਦਾ ਮਕਸਦ ਆ ਕਿ ਦੇਸ਼ ਦੀ ਏਕਤਾ ਅਖੰਡਤਾ ਨੂੰ ਤੋੜਨਾ ਤੇ ਰਾਸੀ ਜਿਹੜੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਵਾ ਔਰ ਪੰਜਾਬ ਵਿੱਚ ਟਾਰਗੇਟਿੰਗ ਕਿਲਿੰਗ ਪਿੱਛੇ ਇਸ ਸੰਗਠਨ ਦਾ ਹੱਥ ਆ ਇਹ ਵੀ ਖਬਰਾਂ ਛਪੀਆਂ ਸੀ ਕਿ ਖਾਲਸਾਨ ਟਾਈਗਰ ਫੋਰਸ ਦਾ ਜਿਹੜਾ ਸਰਗਣਾ ਹਰਦੀਪ ਸਿੰਘ ਨਿੱਜਰ ਉਹ ਕੈਨੇਡਾ ਵਿੱਚ ਬੈਠ ਕੇ ਸੰਗਠਨ ਨੂੰ ਆਪਰੇਟ ਕਰ ਰਿਹਾ ਸਤੰਬਰ 2020 ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਦੀਪ ਸਿੰਘ ਨਿੱਜਰ ਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ ਸੀ ਇਸ ਤੋਂ ਬਾਅਦ ਨਿੱਜਰ ਦੇ ਜਲੰਧਰ ਵਿੱਚ ਜਿਹੜਾ ਪਿੰਡ ਆ ਭਰ ਸਿੰਘ ਪੂਰਾ ਪਿੰਡ ਜਿਹੜਾ ਉੱਥੇ ਉਹਦੀ ਜਿਹੜੀ ਪ੍ਰਾਪਰਟੀ ਉਹ ਜ਼ਬਤ ਕਰ ਲਈ ਸੀ ਔਰ ਇਸੇ ਪਿੰਡ ਵਿੱਚ ਨਿੱਜਰ ਨੇ ਇੱਕ ਇਹ ਵੀ ਇਲਜ਼ਾਮ ਲੱਗੇ ਸੀ ਕਿ ਪੁਜਾਰੀ ਦਾ ਕਤਲ ਕਰਵਾਇਆ ਜਿਸ ਦਾ ਜਿਹੜੇ ਅਸੀਂ ਕਿ ਪੰਜਾਬ ਵਿੱਚ ਧਾਰਮਿਕ ਤੌਰ ਤੇ ਦੰਗੇ ਭੜਕਾਏ ਜਾਣ 2018 ਵਿੱਚ ਇਹ ਵੀ ਜ਼ਿਕਰ ਹੋਇਆ ਸੀ ਕਿ ਜਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਭਾਰਤ ਦੀ ਯਾਤਰਾ ਤੇ ਆਏ ਸੀ ਉਦੋਂ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਾਲਸਤਾਨੀ ਜਿਹੜੇ ਅੱਤਵਾਦੀਆਂ ਦੀ ਇੱਕ ਉਹਨਾਂ ਨੂੰ ਸੂਚੀ ਦਿੱਤੀ ਸੀ ਜਿਸ ਵਿੱਚ ਨਿੱਜਰ ਦਾ ਵੀ ਨਾਮ ਸੀ ਤੇ ਪੰਜਾਬ ਵਿੱਚ ਹਾਲ ਹੀ ਜਿਹੜੀ ਟਾਰਗੇਟਿੰਗ ਕਿਲਿੰਗ ਅਤੇ ਬੰਬ ਧਮਾਕੇ ਹੋਏ ਨੇ ਉਹਦਾ ਜਿਹੜਾ ਦੋਸ਼ੀ ਮੰਨਿਆ ਜਾ ਰਿਹਾ ਅਰਸ਼ਦੀਪ ਡੱਲਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸੇ ਸੰਗਠਨ ਦੇ ਨਾਲ ਜੁੜਿਆ ਹੋਇਆ ਤੇ ਅੱਜ ਇਸੇ ਸੰਗਠਨ ਨੂੰ ਲੈ ਕੇ ਦੇਸ਼ ਦੀ ਜਿਹੜੀ ਏਜੰਸੀ ਆ NIA ਉਹਨੇ ਪੰਜਾਬ ਅਤੇ ਹਰਿਆਣਾ ਦੇ ਕਈ ਥਾਵਾਂ ਤੇ ਕਈ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਹੈ ਦੇਖਦੇ ਹਾਂ ਕਿ ਕੀ ਕੋਈ ਜਵਾਬ ਨਿਕਲ ਕੇ ਆਂਦਾ ਤੱਕ ਤੱਕ ਤੁਸੀਂ ਇਸੇ ਤਰ੍ਹਾਂ ਦੇਰ ਹੋਏ BBC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ